कि सबसे ज्यादा करप्ट सियासतदान कौन है। इसके अंदर ऑप्शंस हैं इमरान खान, नवाज शरीफ और जरदारी। 35-40 है जिन्होंने हुकूमत की है, उन्होंने करप्शन की है। मिस्टर 10% मिस्टर 10% कौन है? जरदारी। ਜਿਹੜਾ ਕਹਿੰਦਾ ਮੈਂ ਸਭ ਤੋਂ ਇਮਾਨਦਾਰ ਉਹ ਓਡਾ ਵੱਡਾ ਝੂਠਾ ਜੇ। ਨੂਨ ਲੀਗ ਵਾਲੇ। ਨੂਨ ਲੀਗ ਵਾਲੇ ਸਭ ਤੋਂ ਜ਼ਿਆਦਾ ਇੱਕੋ ਟਟੋਲਾ ਹੈਗਾ ਨਵਾਜ਼ ਸ਼ਰੀਫ। ਨੂਨ ਲੀਗ ਆਂਦੀ ਹੈ ਤੇ ਖਾ ਰਹੀ ਤੇ ਜਾ ਰਹੀ ਹੈ ਬਸ। ਇਹਨਾਂ ਦਾ ਪੇਟ ਭਰ ਭਰ ਕੇ ਨਾ ਆਵਾਮ ਦਾ ਪੇਟ ਖਾਲੀ ਹੋ ਗਿਆ। ਪਿਛਲੇ 50 ਸਾਲ ਤੇ ਜੇ ਹੀ 2-3 ਬੰਦੇ ਆ ਰਹੇ ਆ। ਜਿਹੜਾ ਵੀ ਆ ਉਹਨੇ ਆਪਣੀ ਪਾਈ, ਇੱਕ ਗਰੀਬ ਆਦਮੀਆਂ ਦਾ ਕਿਸੇ ਦਾ ਵੀ ਨਹੀਂ ਸੋਚਿਆ। ਇਸ ਟਾਈਮ ਜੋ ਚੱਲ ਰਿਹਾ ਨਾ ਉਹ ਨੂਨ ਲੀਗ ਹੀ ਚੱਲ ਰਹੀ ਹੈ। 5 ਮਿੰਟ ਜ਼ਿਆਦਾ ਨੇ, ਮੈਨੂੰ ਅੱਜ ਵੀਜ਼ਾ ਮਿਲੇ ਬਾਹਰ ਦਾ, 1 ਮਿੰਟ ਨਾ ਲਾਵਾਂ। ਜੋ ਇਹ ਟੈਕਸ ਡਾਲ ਰਹੇ ਹੈ ਹਮ ਗਰੀਬੋਂ ਪੇ ਮਜ਼ਦੂਰੋਂ ਪੇ, ਉਹ ਕਿਸ ਚੀਜ਼ ਕੇ ਡਾਲ ਰਹੇ ਹੈ? ਜਿਹੜਾ ਵੀ ਵਾਅਦਾ ਕੀਤਾ ਹਾਲੇ ਤੱਕ ਤੇ ਭਾਵੇਂ ਕੋਈ ਪੂਰਾ ਨਹੀਂ ਕੀਤਾ, ਸਿਰਫ ਇਹ ਹੀ ਕਰ ਰਹੇ ਨੇ ਕਿ ਰੋਜ਼ਾਨਾ ਕੋਈ ਨਾ ਕੋਈ ਮੰਗਿਆਈ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹਾਂ ਆਪਕਾ ਮੇਜ਼ਬਾਨ ਗੁਲਫਾਮ ਖਾਨ ਔਰ ਆਪ ਦੇਖ ਰਹੇ ਹੈ ਮਾਈਕ ਵਾਲੀ ਸਰਕਾਰ। ਨਾਜ਼ਰੀਨ, ਮੇਰਾ ਅੱਜ ਦਾ ਟੌਪਿਕ ਹੈ ਕਿ ਆਪ ਸਭ ਸੇ ਜ਼ਿਆਦਾ, ਆਵਾਮ ਸਭ ਸੇ ਜ਼ਿਆਦਾ ਕਰਪਟ ਕਿਸ ਸਿਆਸਤਦਾਨ ਕੋ ਸਮਝਤੀ ਹੈ। ਹਾਂ, ਲੋਗੋਂ ਸੇ ਬਾਤ ਕਰਤੇ ਹੈ ਕਿ ਸਭ ਸੇ ਜ਼ਿਆਦਾ ਕਰਪਟ ਸਿਆਸਤਦਾਨ ਕੌਣ ਹੈ। ਇਸਕੇ ਅੰਦਰ ਆਪਸ਼ਨਸ ਹੈ ਇਮਰਾਨ ਖਾਨ, ਨਵਾਜ਼ ਸ਼ਰੀਫ ਔਰ ਜ਼ਰਦਾਰੀ। ਐਂ ਲੋਗੋਂ ਸੇ ਪੁੱਛਤੇ ਹੈ ਲੋਗੋਂ ਕੀ ਕਿਆ ਰਾਏ ਹੈ। ਜਨਾਬੀ ਅਲੀ, ਜ਼ਰਦਾਰੀ ਨੇ ਬੀਜ ਬੋਇਆ ਥਾ, ਉਸਕੇ ਬਾਅਦ ਨੂਨ ਲੀਗ ਨੇ ਇਸਕੋ ਬੜਾਵਾ ਦਿਆ ਹੈ। ਔਰ ਖਾਂ ਕੀ ਤੋ ਹਕੂਮਤ ਰਹੀ ਨਹੀਂ ਹੈ, 3 ਸਾਲ ਦੀ ਉਸਕੀ ਹਕੂਮਤ ਹੈ, ਉਸਨੇ ਕਿਆ ਮਹਿੰਗਾਈ ਕਰਨੀ ਸੀ ਉਸਮੇ। ਕਰਪਸ਼ਨ ਕੀ ਬਾਤ ਕਰ ਰਹਾ ਹੂੰ? ਕਰਪਸ਼ਨ ਕੀ ਬਾਤ ਕਰ ਰਹਾ ਹੂੰ ਨਾ, ਕਰਪਸ਼ਨ ਜੋ ਜ਼ਾਹਿਰੀ ਬਾਤ ਹੈ, ਜੋ ਹਕੂਮਤ ਕਰੇਗਾ ਕਰਪਸ਼ਨ ਵੀ ਉਹੀ ਕਰੇਗਾ। 35-40 ਹੈ ਜਿਹਨਾਂ ਨੇ ਹਕੂਮਤ ਕੀ ਹੈ, ਉਹਨਾਂ ਨੇ ਕਰਪਸ਼ਨ ਕੀ ਹੈ। ਅੱਛਾ, ਤੇ ਜਿਸਨੇ ਹਕੂਮਤ ਹੀ 2-3 ਸਾਲ ਕੀ ਹੈ, ਉਸਮੇ ਵੀ ਕਰੋਨਾ ਆ ਗਿਆ, ਤਾਂ ਉਸਨੇ ਕਿਆ ਕਰਪਸ਼ਨ ਕਰਨੀ ਹੈ? ਨਹੀਂ, ਹਕੂਮਤ ਕਰਨਾ ਮਸਲਾ ਨਹੀਂ ਹੈ, ਮਸਲਾ ਹੈ ਕਿ ਕਰਪਸ਼ਨ ਕਿਸਨੇ ਕੀ ਹੈ। ਹਕੂਮਤ ਚਾਹੇ 10 ਦਿਨ ਕੀ ਹੋ ਜਾਂ 10 ਸਾਲ ਕੀ, ਕਰਪਸ਼ਨ ਕਿਸਨੇ ਕੀ ਹੈ? ਕਰਪਸ਼ਨ ਭਾਈ ਜਾਨ, ਮੈਂ ਆਪਕੋ ਪਹਿਲੇ ਬਤਾ ਰਹਾ ਹੂੰ ਕਿ ਇਹ ਜ਼ਰਦਾਰੀ ਔਰ ਨੂਨ ਲੀਗ, ਇਨ ਲੋਗੋਂ ਨੇ ਕਰਪਸ਼ਨ ਕੀ ਹੈ, ਜਿਨ ਕੀ ਖੁਮਿਆਦਾ ਆਵਾਮ ਭੁਗਤ ਰਹੇ ਹਮਾਰੇ। ਮਿਸਟਰ 10% ਮਿਸਟਰ 10% ਕੌਣ ਹੈ? ਜ਼ਰਦਾਰੀ। ਸਾਰਿਆਂ ਨੇ ਕੀਤੀ ਉਹ ਕਿਸਾ ਦੱਸੋ ਸਹੀ। ਇਸ ਕਰਕੇ ਸਾਰਿਆਂ ਨੇ ਝੂਠੇ ਵਾਅਦੇ ਕੀਤੇ ਨੇ। 1 ਕਰੋੜ ਨੌਕਰੀਆਂ, 50 ਲੱਖ ਘਰ, 350 ਡੈਮ, ਉਹ ਕਿੱਥੇ ਗਏ? ਵਜ਼ੀਰ-ਏ-ਆਜ਼ਮ ਫੰਡ, ਚੀਫ ਜਸਟਿਸ ਫੰਡ, ਤੇ ਉਹ ਵੀ ਸਾਰੇ ਜਿਹੜਾ ਆ ਰਿਹਾ ਖਾਈ ਜਾ ਰਿਹਾ। ਸਭ ਨੇ ਕੀਤੀ ਕਰਪਸ਼ਨ? ਸਭ ਨੇ ਕੀਤੀ। ਜਿਹੜਾ ਕਹਿੰਦਾ ਮੈਂ ਸਭ ਤੋਂ ਇਮਾਨਦਾਰ ਉਹ ਓਡਾ ਵੱਡਾ ਝੂਠਾ ਜੇ। ਚਲੋ ਜੀ, ਇਹ ਇਸਕੇ ਭਾਈ ਕੇ ਮੁਤਾਬਿਕ ਸਭ ਸਿਆਸਤਦਾਨ ਕਰਪਟ ਹੈ। ਭਾਈ ਆਪਕੇ ਮੁਤਾਬਿਕ ਸਭ ਸੇ ਕਰਪਟ ਸਿਆਸਤਦਾਨ ਕੌਣ ਹੈ? ਨੂਨ ਲੀਗ ਵਾਲੇ। ਨੂਨ ਲੀਗ ਵਾਲੇ ਸਭ ਸੇ ਜ਼ਿਆਦਾ। ਚਾਚਾ ਜੀ, ਤੁਹਾਡੇ ਮੁਤਾਬਿਕ ਕੌਣ ਨੇ ਸਭ ਤੋਂ ਜ਼ਿਆਦਾ ਕਰਪਟ? ਨਹੀਂ ਪਤਾ ਚਾਚਾ, ਹੋਰ ਕਿਸੇ ਦਾ ਨਾਂ ਨਹੀਂ ਲੈਣਾ, ਨੂਨ ਲੀਗ ਦਾ ਹੀ ਲੈਣਾ ਬਸ। ਨਹੀਂ ਪਤਾ ਜੀ, ਨਹੀਂ ਪਤਾ ਅਭੀ ਤੱਕ ਜ਼ਿਆਦਾ ਵੋਟ ਨੂਨ ਲੀਗ ਕੇ ਆਏ ਹੈ ਕਿ ਨੂਨ ਲੀਗ ਨੇ ਸਭ ਤੋਂ ਜ਼ਿਆਦਾ ਕਰਪਸ਼ਨ ਕੀਤਾ ਹੈ ਔਰ ਲੋਕੋਂ ਸੇ ਬਾਤ ਕਰੇ। ਇੱਕੋ ਹੀ ਟਟੋਲਾ ਹੈਗਾ ਨਵਾਜ਼ ਸ਼ਰੀਫ, ਨੂਨ ਲੀਗ ਆਂਦੀ ਹੈ ਤੇ ਖਾ ਰਹੀ ਤੇ ਜਾ ਰਹੀ ਹੈ ਬਸ। ਆਹੋ ਵਾਰੀਆਂ ਲਾਈਆਂ, ਵਾਰੀਆਂ ਲਾਈਆਂ। ਅੱਛਾ, ਪੂਰਾ ਟੱਬਰ ਚੋਰ, ਪੁੱਤਰ ਚੋਰ ਬਾਹਰ ਬੈਠੇ ਨੇ। ਅੱਛਾ, ਮੀਆਂ ਸਾਹਿਬ ਵਾਪਸ ਆ ਗਏ ਫਿਰ ਲੁੱਟਣ ਵਾਸਤੇ, ਛੋਟੇ ਭਰਾ ਨੂੰ ਫਿਰ ਬਿਠਾਤਾ ਲੁੱਟਣ ਵਾਸਤੇ, ਉਦੋਂ 3 ਨੂੰ ਵਜ਼ੀਰ ਆਲਾ ਬਣਾਤਾ, ਉਹ ਵੀ ਲੁੱਟ ਰਹੀ ਹੈ। ਉਹ ਤਾਂ ਕਹਿੰਦੇ ਅਸੀਂ ਜਿਹੜਾ ਮੀਆਂ ਜਦੋਂ ਆਵੇਗਾ ਤਾਂ ਅਲੱਗ ਪਤਾ ਜਾਵੇਗਾ। ਉਹ ਲੱਗ ਰਿਹਾ ਨਾ ਪਤਾ ਆਵਾਮ ਨੂੰ, ਉਹ ਲੱਗ ਪਤਾ ਰਿਹਾ ਜਿਨ੍ਹਾਂ ਨੇ ਵੋਟ ਦਿੱਤੇ ਨੇ, ਮੀਆਂ ਸਾਨੂੰ ਮਦਾ ਚੱਖ ਰਹੇ ਨੇ ਨਾ। ਉਹ ਮੀਆਂ ਸਾਹਿਬ ਨੇ ਕੱਲ ਤਕਰੀਰ ਕੀਤੀ, ਉਹ ਕਹਿੰਦੇ ਸੀ ਹਮਾਰੇ, ਮੈਂ ਮੀਆਂ ਸਾਹਿਬ ਦਾ ਨਾਂ ਲੈਣਾ ਵੀ ਨਾ ਪਸੰਦ ਨਹੀਂ ਕਰਦਾ, ਮੇਰਾ ਮੂੰਹ ਪਲੀਤ ਨਾ ਹੋਈਏ, ਗੱਲ ਖਤਮ। ਕਿੰਨੇ ਕਿੰਨੇ ਟੈਕਸ ਆ ਰਹੇ ਨੇ? ਗੱਲਾਂ ਹੀ ਹੈਗੀਆਂ। ਉਹ ਗੱਲਾਂ ਹੀ ਨੇ, ਹੋਰ ਕੀ ਨੇ? ਗੱਲਾਂ ਹੀ ਨੇ। ਅਸੀਂ ਤੁਸੀਂ ਲੋਕ ਨਾ, ਅਸੀਂ ਪਾਗਲ ਹੋਏ ਆ। ਤੁਸੀਂ ਇੰਟਰਵਿਊ ਲੈਂਦੇ ਹੋ ਨਾ ਦਾਦਾ? ਹਾਂਜੀ। ਤੁਸੀਂ ਤਸੱਲੀ ਕਰਕੇ ਚਲੇ ਜਾਂਦੇ, ਦਿਲ ਤਾਂ ਸਾਡਾ ਰੋਂਦਾ ਨਾ। ਹਾਂ, ਗੱਲ ਪਤਾ ਸਾਡਾ ਵੀ ਨਾ। ਹਾਂ, ਅਸੀਂ ਹੁਣ ਕੰਮ ਕਰਨੇ ਨਾ, ਸਾਨੂੰ ਪਤਾ ਅਸੀਂ ਕਿਸ ਤਰ੍ਹਾਂ ਪੂਰਾ ਕਰ ਰਹੇ। ਹਾਂ, ਗੱਲ ਪਤਾ ਕੀ ਹੈ, ਅੱਲਾ ਕੇ ਨਬੀ ਸੱਸਨ ਫਰਮਾਇਆ, ਫਜਰ ਕੀ ਜੋ 2 ਸੁਨਤ ਹੈ, ਜੋ ਦੁਨੀਆ ਮਾਫੀਆ ਮੁਝ ਸੇ ਕੀਮਤੀ ਹੈ। ਜਬ ਤੱਕ ਅਮਾਲ ਸਹੀ ਨਹੀਂ ਹੋਂਗੇ, ਫੈਸਲੇ ਸਹੀ ਨਹੀਂ ਹੋਂਗੇ। ਆਪ ਸੱਸਨ ਮਰਾਸ਼ੀ ਭਰ ਗਏ, ਦੇਖਾ ਚੀਜ਼ਾਂ ਉੱਪਰ ਜਾ ਰਹੀਆਂ, ਫਿਰ ਦੇਖਾ ਚੀਜ਼ਾਂ ਨੀਚੇ ਆ ਰਹੀਆਂ। ਤਾਂ ਆਪ ਸੱਸਨ ਨੇ ਜਬਰਾਇਲ ਸਲਾਮ ਸੇ ਪੁੱਛਿਆ, ਇਹ ਕਿਆ ਉਹਨਾਂ ਕੀ ਉਮਤ ਕੇ ਅਮਾਲ ਹੈ, ਉਸਕੇ ਬਕਦਰ ਫੈਸਲੇ ਹੋ ਕੇ ਨੀਚੇ ਆ ਰਹੇ ਹੈ। ਆਜ ਹਮਾਰੀ ਉਮਤ ਆਪਣੇ ਆਪਣੇ ਵੋ ਕਰ ਲੇ, ਅਮਾਲ ਸਹੀ ਕਰ ਲੇ, ਮਸਜਿਦੋਂ ਕੋ ਬਾਤ ਕਰੇ, ਨਿੱਕੀ ਕੇ ਕਾਮ ਕਰੇ, ਤਬਲੀਗ ਕਾ ਕਾਮ ਕਰੇ, ਦੇਖੋ ਸਾਰਿਆਂ ਬਲਾ ਚੇਂਜ ਹੋ ਜਾਏਗੇ। ਲੇਕਿਨ ਸਾਰੇ ਹੀ ਵੋ ਚਿਕੜ ਮੇਂ ਡਲੇ ਹੋਏ ਜੀ, ਹਮ ਸਹੀ ਕਰਦੇ, ਹੋਰ ਨਾ ਹੀ ਨਹੀਂ ਹੈ।
ਜਦ ਤੱਕ ਉਹ ਅਮਾਲ ਠੀਕ ਨਹੀਂ ਹੋਗੇ, ਜਦ ਤੱਕ ਨਿਜ਼ਾਮ ਠੀਕ ਨਹੀਂ, ਅੱਲਾ ਦਾ ਫੈਸਲਾ ਕੋਣ ਲੈ, ਪਰ ਜੈਸੇ ਅਮਾਲ ਵੈਸੇ ਹੁਕਮਰਾਨ। ਹਰ ਬੰਦਾ ਜੋ ਹੈ ਨਾ ਕਰਪਸ਼ਨ ਕਾ ਮਾਸਟਰ ਹੈ ਹਰ ਮਹਿਕਮੇ ਮੇਂ, ਜਿਹੜਾ ਕਹਿੰਦਾ ਤਬਦੀਲੀ ਆਨੀ ਚਾਹੀਏ, ਉਹ ਆਪ ਬੜਾ ਵੱਡਾ ਕਰਪਸ਼ਨ ਦਾ ਮਾਸਟਰ, ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹ ਸਭ ਤੋਂ ਵੱਡਾ ਕਰਪਸ਼ਨ ਦਾ ਮਾਸਟਰ ਆਪ ਹੈ। ਇਸ ਮਹੀਨੇ 5,500 ਬਿੱਲ, ਅੱਛਾ, ਉਸ ਤੋਂ ਪਿਛਲੇ ਮਹੀਨੇ 3,352 ਰੁਪਏ, ਉਸ ਤੋਂ ਪਿਛਲੇ ਮਹੀਨੇ 32,000। ਤੁਸੀਂ ਏਸੀ ਵੀ ਤਾਂ ਲਾਏ ਨਾ? ਮੇਰੇ ਘਰ ਏਸੀ ਹੈ, ਠੀਕ ਹੈ, ਨਾ ਕੋਈ ਐਵੇਂ ਦੀ ਚੀਜ਼। ਪੱਖਿਆਂ ਦਾ ਬਿੱਲ, ਪੱਖਿਆਂ ਦਾ ਬਿੱਲ ਜੇ ਇੱਕ ਦੋ ਤਿੰਨ ਪੱਖੇ, ਠੀਕ ਹੈ, ਇੱਕ ਕੂਲਰ, ਇੱਕ ਪਾਣੀ ਵਾਲੀ ਮੋਟਰ ਪੰਪ ਜਿਹਨੂੰ ਕਹਿੰਦੇ ਨੇ, 32,000 ਬਿੱਲ, 32,000 ਬਿੱਲ। ਅੱਖਾਂ ਖਿੱਚੀਆਂ ਗਈਆਂ ਨੇ ਬਾਈ ਕਮਾ ਕੇ, ਅਤੇ ਜਿਹੜੇ ਨੇ ਨਾ ਹਕੂਮਤੀ ਬੰਦੇ ਇਹਨਾਂ ਦਾ ਪੇਟ ਭਰ ਭਰ ਕੇ ਨਾ ਆਵਾਮ ਦਾ ਪੇਟ ਖਾਲੀ ਹੋ ਗਿਆ। ਅੱਲਾ ਮਾਫ ਕਰੇ ਭਾਈ, ਠੀਕ ਗੱਲ ਕਰ ਰਹੇ ਨੇ, ਆਵਾਮ ਰੁੱਲ ਗਈ ਹੈ ਵਿਚਾਰੀ, ਆਵਾਮ ਰੁੱਲ ਗਈ ਹੈ, ਆਵਾਮ ਰੁੱਲ ਗਈ ਹੈ। ਆਮ ਬੰਦੇ ਦਾ ਬੱਚਾ ਪੈਦਾ ਹੋਏ, ਲੱਖਾਂ ਰੁਪਏ ਦਾ ਮਕਰੂਜ਼, ਇਹਨਾਂ ਦਾ ਬੱਚਾ ਹੋਏ, ਅਰਬਾਂ ਦਾ ਮਾਲਕ, ਕੀ ਹੈ ਕਾਨੂੰਨ ਹੈ? ਯਕੀਨ ਕਰੋ, ਯਕੀਨ ਕਰੋ, ਛੀਨ ਲਈ ਹਮਨੇ ਫਲਫਸਾ ਇੰਗਲਿਸ਼ ਕੀ ਕਿਤਾਬੇ, ਕਾਸ਼ ਕੇ ਬੂਲ ਕਰ ਕੁਰਾਨ ਕੋ ਹੱਥ ਲਗਾਇਆ ਹੋਤਾ, ਯੇ ਜ਼ਮਾਨਾ ਨਾ ਇਸ ਜ਼ਮਾਨੇ ਨੇ ਦਿਖਾਇਆ ਹੋਤਾ, ਅਗਰਚੇ ਕੁਰਾਨ ਕੋ ਹਮਨੇ ਨਾ ਬੁਲਾਇਆ ਹੋਤਾ। ਬਈ ਸਾਡੇ ਜ਼ਵਾਲ ਦੀ ਵਜ੍ਹਾ ਹੀ ਹੈ, ਅਸੀਂ ਕੁਰਾਨ ਪਾਕ ਨੂੰ ਛੱਡਤਾ, ਠੀਕ ਹੈ, ਛੱਡਤਾ, ਉਹਨੂੰ ਗਲਾਫ ਹੀ ਐਡਾ ਕੁ ਮੋਟਾ ਦੇ ਦਿੱਤਾ ਨਾ, ਗੰਢਾਂ ਵੀ ਐਡੀਆਂ ਮੋਟੀਆਂ ਦੇ ਦਿੱਤੀਆਂ ਨੇ, ਉਹ ਖੋਲ੍ਹਣ 'ਤੇ ਨਹੀਂ ਦਿਲ ਕਰਦਾ। ਯਹੂਦੀਆਂ ਨੇ ਸਲਾਹਉਦੀਨ ਅਯੂਬੀ ਦੀ ਕਿਤਾਬ ਬਰਾਮਦ ਹੋਈ, ਯਹੂਦੀ ਮੈਂ ਅਮਰੀਕੀ ਜਿਹੜਾ ਅਫਗਾਨਿਸਤਾਨ ਦੇ ਵਿੱਚ, ਉਹਨਾਂ ਮੁਸਲਮਾਨਾਂ ਨੂੰ ਅਪਣਾਇਆ, ਅਸੀਂ ਯਹੂਦੀਆਂ ਨੂੰ ਫਾਲੋ ਕਰਦੇ ਹਾਂ, ਕਿਉਂ ਕਰਦੇ ਹਾਂ? ਲੰਮਾ ਫਿਕਰੀ ਆ ਰਹੀ ਸਿਆਸਤਦਾਨਾਂ ਦੀ ਗੱਲ, ਬਈ ਨਾ ਸਹੀ ਹੋਣਾ ਮੁਲਕ, ਨਾ ਹੀ ਕੋਈ ਉਮੀਦ ਹੈ। ਯਕੀਨ ਕਰੋ, 5 ਮਿੰਟ ਜ਼ਿਆਦਾ ਨੇ, ਮੈਨੂੰ ਅੱਜ ਵੀਜ਼ਾ ਮਿਲੇ ਬਾਹਰ ਦਾ, 1 ਮਿੰਟ ਨਾ ਲਾਵਾਂ। 5 ਮਿੰਟ ਜ਼ਿਆਦਾ ਨੇ, 5 ਮਿੰਟ ਜ਼ਿਆਦਾ ਨੇ, 1 ਮਿੰਟ ਨਾ ਲਾਈਏ। ਅਮਾਨੀ ਕੁਰਾਨੀ ਗੱਲ ਕਰਨ ਦਿਆਂ, ਅੱਲਾ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ, 5 ਮਿੰਟ ਜ਼ਿਆਦਾ ਨੇ। ਤੁਹਾਨੂੰ ਮੈਂ ਇੱਕ ਚੀਜ਼ ਬਤਾ ਦੂੰ, ਮੈਂ ਇਸ ਵਕਤ ਸ਼ਾਲਮ ਮਾਰਕੀਟ ਮੈਂ ਹੂੰ, ਜੋ ਕਿ ਕਾਰੋਬਾਰ ਕਾ ਘਰ ਸਮਝਾ ਜਾਤਾ ਹੈ, ਏਸ਼ੀਆ ਕੀ ਸਭ ਸੇ ਬੜੀ ਮਾਰਕੀਟ ਹੈ, ਹੋਲਸੇਲ ਮਾਰਕੀਟ। ਮੈਂ ਵਹਾਂ ਪੇ ਖੜਾ ਹੋ ਕੇ ਬਾਤ ਇੰਟਰਵਿਊ ਕਰ ਰਹਾ ਹੂੰ, ਔਰ ਲੋਕ ਕਹਿ ਰਹੇ ਹੈ ਕਿ ਸਭ ਕੇ ਸਭ ਕਰਪਟ ਹੈ, ਲੋਕ ਕਹਿ ਰਹੇ ਹੈ ਯੇ ਨਿਜ਼ਾਮ ਤਬ ਤੱਕ ਠੀਕ ਨਹੀਂ ਹੋਣਾ ਜਬ ਤੱਕ ਹਮ ਲੋਕ ਇਸਲਾਮ ਕੋ ਫਾਲੋ ਨਹੀਂ ਕਰੇਂਗੇ। ਵਾਕਈ ਇਹ ਸੱਚ ਬਾਤ ਹੈ, ਜਬ ਤੱਕ ਹਮ ਇਸਲਾਮ ਕੋ ਫਾਲੋ ਨਹੀਂ ਕਰੇਂਗੇ ਯੇ ਨਿਜ਼ਾਮ ਠੀਕ ਨਹੀਂ ਹੋਣਾ, ਯੇ ਹੁਕਮਰਾਨ ਠੀਕ ਨਹੀਂ ਹੋਣੇ, ਯੇ ਮੁਲਕ ਠੀਕ ਨਹੀਂ ਹੋਣਾ, ਮੈਂ ਇਸਲਾਮ ਕੋ ਫਾਲੋ ਕਰਨਾ ਜ਼ਰੂਰੀ ਹੈ। ਯਾਰ ਅਭੀ ਵੀ ਬਤਾਨਾ ਪੜੇਗਾ, ਪਿਛਲੇ 50 ਸਾਲ ਸੇ ਯਹੀ 2-3 ਬੰਦੇ ਆ ਰਹੇ ਹੈ, ਕਭੀ ਨਵਾਜ਼ ਸ਼ਰੀਫ ਆ ਜਾਤਾ ਹੈ, ਕਭੀ ਜ਼ਰਦਾਰੀ ਆ ਜਾਤਾ ਹੈ, ਹੋਰ ਬੰਦਾ ਕਿਆ ਕਿਸ ਕੋ ਕਹੇ। ਵਜ੍ਹਾ ਕਿਆ ਹੈ? ਵਜ੍ਹਾ ਯਹੀ ਹੈ ਕਿ ਵਜ੍ਹਾ ਯਹੀ ਹੈ ਕਿ ਮਹਿੰਗਾਈ ਹੈ, ਬਿਜਲੀ ਕੇ ਬਿੱਲ ਹੈ, ਖਾਣਾ ਬੰਦੇ ਕਾ ਪੂਰਾ ਨਹੀਂ ਹੋਤਾ, ਵੋ ਬਿੱਲ ਦੇ ਆਪਣੇ ਬੱਚੋਂ ਕੋ ਪੜ੍ਹਾਏ ਕਿਆ ਕਰੇ, ਵੋ ਉਨਕੋ ਚਾਹੀਏ ਨਾ ਕੋਈ ਸਹੂਲਤ ਦੇ। ਆਪ ਕੋ ਮੁਤਾਬਿਕ ਇਹ ਨੂਨ ਲੀਗ ਨੂੰ ਜ਼ਰਦਾਰੀ ਫੈਮਿਲੀ ਨੇ ਜ਼ਿਆਦਾ ਸਭ ਤੋਂ ਜ਼ਿਆਦਾ ਕਰਪਸ਼ਨ ਕੀ? ਮਰੀਮ ਨਵਾਜ਼ ਨੇ ਇੰਨਾ ਕੁ ਕਿਹਾ ਕਿ ਅਸੀਂ ਜੀ ਬਿਜਲੀ ਕੰਮ ਕਰਾਂਗੇ, ਸ਼ਬਾਸ਼ ਸ਼ਰੀਫ ਨੇ ਕਹੀ ਬਿਜਲੀ ਘੱਟ ਕਰਾਂਗੇ, ਆਵਾਮ ਨੂੰ ਬੜੀਆਂ ਸਹੂਲਤਾਂ ਦੇਵਾਂਗੇ, ਮਗਰ ਆਵਾਮ ਨੂੰ ਕੀ ਸਹੂਲਤਾਂ ਦੇਣੀਆਂ ਕਿ ਸਬਜ਼ੀ ਇੰਨੀ ਮਹਿੰਗੀ ਹੋ ਗਈ ਕਿ ਤੁਹਾਡੀ ਸੋਚ ਵੀ ਨਹੀਂ ਹੋਏਗੀ। 300 ਰੁਪਏ ਕਿਲੋ ਬੈਂਗਣ, 300 ਰੁਪਏ ਕਿਲੋ ਗੋਭੀ, ਆਲੂ ਜਿਹੜੇ 40 ਰੁਪਏ, ਹਾਂਜੀ ਜਨਾਬ, ਜੇ ਤੁਸੀਂ ਇੱਥੇ ਤਾਂ ਜੋ ਹਿਸਾਬ ਹੈ ਜਿੱਥੇ ਮਰਜ਼ੀ ਚੱਲੋ, 150 ਰੁਪਏ ਕਿਲੋ ਆਲੂ ਜਿਹੜੇ 20-30 ਰੁਪਏ ਰੁਲਦੇ ਸੀ। ਗੱਲ ਸਮਝ ਆਈ? ਇਹ ਬੜੀਆਂ ਸਹੂਲਤਾਂ ਬਿਜਲੀ ਦੀ, ਜਦੋਂ ਦੀ ਇਹਨਾਂ ਨੇ ਕਿਹਾ ਸਹੂਲਤ ਦਿਆਂਗੇ ਉਸ ਦਿਨ ਹਰ ਮਹੀਨੇ ਜਿਹੜਾ ਯੂਨਿਟ ਵਧੀ ਜਾਣ ਡੇ ਆ। ਸਹੂਲਤ ਕੀ ਦਿੱਤੀ ਗਰੀਬ ਆਦਮੀ ਨੂੰ? ਫਾਇਲ ਆਣ ਡੇ ਨੇ,
ਸਹੂਲਤਾਂ ਇਹਨਾਂ ਨੇ ਕੀ ਦੇਣੀਆਂ? ਇਹ ਜਦੋਂ ਆਏ ਨੇ ਨਾ ਇਹਨਾਂ ਨੇ ਸਿਰਫ ਆਉਂਦੇ ਸਾਰੇ ਇੱਕ ਇੱਕ ਬਿਜਲੀ ਜਿਹੜੀ ਹੈ ਨਾ, ਮੈਂ ਯਕੀਨ ਕਰੋ ਕਿ ਹਰ ਘਰ ਨੂੰ ਜਿਹੜੀ ਹੈ ਨਾ ਫ੍ਰੀ ਮਿਲੇਗੀ। ਫ੍ਰੀ ਕਿੱਥੋਂ ਮਿਲੇਗੀ? ਹਰ ਮਹੀਨੇ ਤੁਹਾਨੂੰ ਦੱਸਿਆ ਕਿ ਜਦੋਂ ਦੇ ਇਹ ਬਹਿ ਗਏ ਨੇ, ਫਿਰ ਦੁਬਾਰਾ ਤੁਹਾਨੂੰ ਕਿਹਾ ਹਰ ਮਹੀਨੇ ਯੂਨਿਟ ਵਧੇ ਹੀ ਨੇ। 2300 ਰੁਪਇਆ ਬਿੱਲ ਕਿਸੇ ਨੂੰ ਆਉਂਦਾ ਸੀ ਨਾ, ਹੁਣ 23,000 ਆਂਡੇ ਆ। ਨਾ ਕਿਸੇ ਦੇ ਘਰ ਹੈਗਾ ਏਸੀ ਅਤੇ ਨਾ ਕਿਸੇ ਦੇ ਘਰ ਹੈਗਾ ਏਅਰ ਕੂਲਰ। ਪਤਾ ਨਹੀਂ ਕਿਹੜੇ ਚੱਕਰਾਂ 'ਚ ਇੰਨੇ ਇੰਨੇ ਬਿੱਲ ਭੇਜੀ ਜਾਂਦੇ, ਕਿਸੇ ਨੂੰ 1500 ਬਿੱਲ ਆਉਂਦਾ ਸੀ। ਗਰੀਬ ਆਦਮੀ ਕਿੱਥੋਂ ਦੇਵੇਗਾ? ਨਵਾਜ਼ ਸ਼ਰੀਫ ਸਾਹਿਬ ਸੀਗੇ, ਉਹ ਆਪਣੇ ਮੁਤਮਿਨ ਹੋ ਕੇ ਆਏ ਨੇ, ਉਹਨਾਂ ਨੇ ਵੀ ਕੁਛ ਨਹੀਂ ਕੀਤਾ। ਇਮਰਾਨ ਖਾਨ ਸੀਗਾ, ਉਹ ਵੀ ਕਹੀ ਜਾ ਰਹੇ ਸੀ ਤਬਦੀਲੀ ਆਏਗੀ, ਐਸੀ ਤਬਦੀਲੀ ਆਈ ਹੈ ਕਿ ਵਿਚਾਰਾ ਦੁਬਾਰਾ ਨਜ਼ਰ ਹੀ ਨਹੀਂ ਆਇਆ। ਮਗਰ ਕੀ ਕਿ ਸਿਆਸਤਦਾਨ ਜਿਹੜੇ ਨੇ ਨਾ ਸਿਰਫ ਆਪਣੇ, ਹੁਣ ਜਿਹੜੇ ਮਰੀਮ ਨਵਾਜ਼ ਵਗੈਰਾ ਬੈਠੇ ਨੇ ਨਾ, ਇਹ ਸਿਰਫ ਆਪਣੇ ਪਹਿਲੇ ਜਿਹੜੇ ਨਿਜ਼ਾਮ ਹੈਗੇ ਸੀ ਉਹਨਾਂ ਨੂੰ ਸਹੀ ਕਰਨ ਲਈ ਬੈਠੇ ਨੇ। ਆਪਣੇ ਤਾਂ ਕੇਸਿਸ ਹੈਗੇ ਸੀ ਉਹ ਮਕਾਨ, ਹਾਂਜੀ, ਕਿਉਂ ਕੁਰਸੀਆਂ ਲੈ ਕੇ ਸਿਰਫ ਇਹ ਚਾਹ ਰਹੇ ਨੇ ਕਿ ਜਿਹੜੇ ਸਾਡਾ ਪਹਿਲਾ ਨਿਜ਼ਾਮ ਹੈਗਾ ਸੀ ਉਹਨਾਂ ਨੂੰ ਸਹੀ ਕਰ ਲਈ, ਅੱਗਿਓਂ ਆਈਏ ਨਾ ਆਈਏ ਚਲੋ ਆਪਣੇ ਕੰਮ 'ਤੇ ਸਿੱਧੇ ਪੱਧਰੇ ਕਰਕੇ ਚਲੇ ਜਾਈਏ। ਗੱਲ ਸਮਝ ਦੇਖੋ ਜੀ, ਇਹ ਕਿੰਨੀ ਵੱਡੀ ਗੱਲ ਕਰ ਰਹੇ ਨੇ ਕਿ ਨੂਨ ਲੀਗ ਜਿਹੜੀ ਇਸ ਵਾਰੀ ਹਕੂਮਤ 'ਚ ਆਈ ਹੈ ਉਹ ਸਿਰਫ ਆਪਣੇ ਕੇਸ ਖਤਮ ਕਰਨੇ ਕੇ ਲਈ ਆਏ ਤੇ। ਔਰ ਮੈਂ ਨਾ ਇਸ ਵਕਤ ਸ਼ਾਹਲਾ ਮਾਰਕੀਟ ਮੈਂ ਹੂੰ, ਜੋ ਕਿ ਨੂਨ ਲੀਗ ਕਾ ਬਹੁਤ ਬੜਾ ਗੜ ਥਾ। ਯਹਾਂ ਪੇ ਲੋਕ ਆਵਾਜ਼ ਲਗਾਉਣੇ ਲੱਗ ਗਏ ਹੈ ਕਿ ਜੀ ਨੂਨ ਲੀਗ ਕਰਪਟ ਤਰੀਨ ਜਮਾਤ ਹੈ। ਯੇ ਇਸ ਟਾਈਮ ਜੋ ਚੱਲ ਰਿਹਾ ਨਾ ਵੋ ਨੂਨ ਲੀਗ ਹੀ ਚੱਲ ਰਹੀ ਹੈ। ਸਭ ਸੇ ਕਰਪਟ, ਹਾਂ ਸਭ ਸੇ ਕਰਪਟ। ਸਰ ਯੇ ਤੋ ਨੂਨ ਲੀਗ ਕਾ ਘਰ ਹੈ, ਯੇ ਨੂਨ ਲੀਗ ਕਾ ਹਲਕਾ ਥਾ ਕਿਸੇ ਜ਼ਮਾਨੇ ਮੇਂ, ਯਹਾਂ ਸੇ ਅਭੀ ਵੀ ਨੂਨ ਲੀਗ ਕਾ ਹੀ ਬੰਦਾ ਜੀਤਾ ਹੋਇਆ ਹੈ। ਅਬ ਮੁਝੇ ਨਹੀਂ ਪਤਾ ਵੋ ਪੀਟੀਏ ਵਾਲੇ ਕਹਤੇ ਹੈ ਫਾਰਮ 47 ਕੇ ਤਹਿਤ ਜੀਤਾ ਹੈ। ਮੈਂ ਆਪਕੋ ਆਪਣਾ ਬਤਾਤਾ ਹੂੰ ਕਿ ਹਮ ਸ਼ੁਰੂ ਸੇ ਨੂਨ ਲੀਗ ਕੇ ਸਾਥ ਹੈ। 1996 ਮੇਂ ਤਸੀਰ ਨਾਲਾ ਖੁਰਦ ਮੇਂ ਜ਼ਿਲ੍ਹਾ ਉਕਾੜਾ ਮੇਂ ਹਮਨੇ ਜਲਸਾ ਕਰਵਾਇਆ ਥਾ ਇਨਕਾ, ਜਹਾਂ ਪੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਆਇਆ ਥਾ। ਔਰ ਹਮੇਂ ਜਲਸਾ ਕਰਨੇ ਸੇ ਮਨਾ ਕੀਆ ਗਿਆ ਥਾ, ਪੁਲਿਸ ਵਾਲੋਂ ਸਾਥ ਹਮਨੇ ਲੜਾਈ ਵੀ ਲਈ ਔਰ ਵੋ ਜਲਸਾ ਵੀ ਕਰਵਾਇਆ। ਮਗਰ ਅਬ ਆ ਕੇ ਹਮ ਮਜ਼ਦੂਰ ਆਦਮੀ ਹੈ, ਗਰੀਬ ਆਦਮੀ ਹੈ, ਠੀਕ ਹੈ, ਹਮ ਮਜ਼ਦੂਰੀ ਕਰੇ ਜਾਂ ਬਿੱਲ ਮੇਂ ਟੈਕਸ ਵਗੈਰਾ ਜਾਂ ਜਿਤਨੀ ਕਰਪਸ਼ਨ ਹੋ ਰਹੀ ਹੈ, ਇਹ ਹਮੇਂ ਇੱਕ ਬਾਤ ਸਿਰਫ ਛੋਟੀ ਸੀ ਕਿ ਜੋ ਯੇ ਟੈਕਸ ਡਾਲ ਰਹੇ ਹੈ ਹਮ ਗਰੀਬੋਂ ਪੇ ਮਜ਼ਦੂਰੋਂ ਪੇ, ਵੋ ਕਿਸ ਚੀਜ਼ ਕੇ ਡਾਲ ਰਹੇ ਹੈਂ? ਪਾਕਿਸਤਾਨ ਮੇਂ ਰਹਿਨੇ ਕੇ, ਸਾਂਸ ਲੈਨੇ ਕੇ? ਸਾਂਸ ਲੈਨੇ ਕੇ। ਤੋ ਮੇਰੇ ਖਿਆਲ ਹੈ ਕਿ ਯੇ ਐਸਾ ਕੋਈ ਇੰਜੀਨੀਅਰ ਬੁਲਾਏ ਕਿ ਜੋ ਬੰਦਾ ਜਿਤਨਾ ਇਨਸਾਨ ਸਾਂਸ ਲੈ ਉਸ 1000 ਰੁਪਏ ਕੇ ਹਿਸਾਬ ਸੇ ਲੈ ਜਾਏ, ਜਾਂ ਫਿਰ ਉਨਕੋ ਮਾਰ ਦਿਆ ਜਾਏ। ਸਾਂਸੋ ਕੇ ਵੀ ਪੈਸੇ ਲੈਣੇ ਤੋ ਫਿਰ ਇਸ ਹਿਸਾਬ ਸੇ ਲੈ ਕਿ ਜੋ ਬੰਦਾ ਜਿਤਨੇ ਸਾਂਸ ਲੈ ਰਹੇ ਉਸ ਹਿਸਾਬ ਸੇ ਬਿੱਲ ਡਾਲਤੇ ਜਾਏ, ਭਾਜੀ ਆਪਕੇ ਸਾਥ ਮੀਟਰ ਲਗਾ ਇਤਨੇ ਆਪਨੇ ਸਾਂਸ ਲੀਏ ਹੋਏ ਹੈ। ਹਮ ਨੂਨ ਲੀਗ ਕੇ ਹਮ ਵੋਟ ਵੀ ਨੂਨ ਲੀਗ ਕੋ ਦੇਤੇ ਹੈ, ਮਗਰ ਜੋ ਹਾਲਾਤ ਇਹਨੋਨੇ ਕਰ ਦੀਏ ਹੈ ਨਾ, ਤੋ ਮੇਰਾ ਹਿਸਾਬ ਹੈ ਕਿ ਯੇ ਕਬਤਰੀਨ ਜਵਾਨ ਯੇ ਹਕੂਮਤ ਕਾ ਕੈਸਾ ਕਾਮ ਹੋ, ਬਾਜ਼ਾਰੋਂ ਮੈਂ ਕਾਮ ਨਹੀਂ ਹੈ, ਹਰ ਬੰਦਾ ਪਰੇਸ਼ਾਨ ਹੈ, ਬਿਜਲੀ ਕਾ ਬਿੱਲ ਜ਼ਿਆਦਾ ਆ ਰਹੇ, ਹਮਾਰੇ ਖੁਦ ਹੀ ਖਮ ਹੋ ਗਏ, ਪੀ ਕੈਸਾ ਹੈ, 2 ਲੱਖ ਰੁਪਏ ਹਮਾਰੇ ਉੱਪਰ ਬਿਜਲੀ ਕਾ ਬਿੱਲ ਹੈ, ਹਮਾਰਾ 2 ਲੱਖ ਰੁਪਏ ਹਮਾਰਾ ਵੀ ਇੱਧਰ 2 ਮਹੀਨੇ ਹੋ ਗਿਆ, ਹਮਾਰੇ ਜੇਬ ਮੈਂ 2000 ਰੁਪਏ ਨਹੀਂ ਹੈ, ਹਮ ਕਿਆ ਕਰੇਗਾ? 2 ਲੱਖ ਰੁਪਏ ਬਿੱਲ ਕੈਸਾ ਆ ਗਿਆ, ਇਸੀ ਚਲਾਤਾ ਹੈ? ਪੈਸੇ ਨਹੀਂ ਹੈ ਨਾ, 2 ਸਾਲ ਇੱਕ ਸਾਲ ਕਮ ਸੇ ਕਮ 1 ਸਾਲ ਹੋ ਗਿਆ, ਪੈਸਾ ਨਹੀਂ ਹੈ ਜੇਬ ਮੈਂ, ਰੇਹੜੀ ਚਲਾ ਰਹੇ, ਇਤਨਾ ਕਮਾਣਾ ਜੋ ਕੁਝ ਬੱਚੋਂ ਕੋ ਖਿਲਾਣਾ ਹੈ ਉਹ ਵੀ ਪੂਰਾ ਨਹੀਂ ਹੋਗਾ। ਤੁਸੀਂ ਕਿਉਂ ਖੂਨ ਚੂਸ ਰਹੇ ਆਵਾਮ ਕਾ? ਬਸ ਇਸਕਾ ਹਕੂਮਤ ਹੈ, ਬਸ ਕਿਆ ਕਰਨਾ ਅਭੀ ਅਭੀ ਪੈਸਾ ਪੂਰਾ ਕਰਨੇ। ਹਰ ਘਰ ਗਰੀਬ ਆਦਮੀ ਨੂੰ ਸੋਲਰ ਦੇਵਾਂਗੇ, ਸੋਲਰ ਇਹਨਾਂ ਨੇ ਕਿਹਨੂੰ ਦਿੱਤੇ ਹੋਣੇ? ਜਿਹੜੇ ਇਹਨਾਂ ਜਲਸਾ ਜਲੂਸਾਂ 'ਚ ਅੱਗੇ ਹੋ ਕੇ ਨਾਰੇ ਲਾਉਂਦੇ ਰਹੇ, ਬਸ ਉਹਨਾਂ 10-20 ਨੂੰ ਮਿਲਣਾ ਬਾਕੀ। ਤੁਹਾਨੂੰ ਯਾਦ ਹੈ ਕਹਿੰਦੇ ਸੀ ਮੀਆਂ ਜਦੋਂ ਆਵੇਗਾ ਤਾਂ ਅਲੱਗ ਪਤਾ ਜਾਵੇਗਾ? ਉਹ ਭੈਣ ਅਲੱਗ ਪਤਾ ਜਾਵੇਗਾ, ਜਦੋਂ ਦੀ ਇਹ ਸਿਆਸਤ ਇਮਰਾਨ ਖਾਨ ਤੋਂ ਬਾਅਦ ਦੀ ਸ਼ੁਰੂ ਹੋਈ ਹੈ ਨਾ, ਸਾਰੀ ਦੁਨੀਆ ਨੂੰ ਅਲੱਗ ਪਤਾ ਗਿਆ ਕਿ ਰੋਟੀ ਕਿਵੇਂ ਕਮਾਉਣੀ ਅਤੇ ਕਿਵੇਂ ਖਾਣੀ, ਸਮਝ ਲੱਗੀ। ਸੋਲਰ ਤੁਹਾਨੂੰ ਕਿਹਾ ਕਿ ਕਿਸੇ ਨੂੰ ਵੀ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਸੋਲਰਾਂ ਦੇ ਬਾਅਦ, ਜਿਹੜਾ ਵੀ ਵਾਅਦਾ ਕੀਤਾ ਹਾਲੇ ਤੱਕ ਤਾਂ ਭੈਣ ਕੋਈ ਪੂਰਾ ਨਹੀਂ ਕੀਤਾ, ਸਿਰਫ ਇਹ ਹੀ ਕਰ ਰਹੇ ਨੇ ਕਿ ਰੋਜ਼ਾਨਾ ਕੋਈ ਨਾ ਕੋਈ ਮਹਿੰਗਾਈ
ਮੁਰਗੀ 700 ਰੁਪਏ ਕਿਲੋ ਕਦੀ ਹੋ ਜਾਂਦੀ, ਕਦੀ 800 ਰੁਪਏ ਕਿਲੋ ਹੋ ਜਾਂਦੀ। ਗਰੀਬ ਦਾ ਹੀ ਪਤਾ ਲੱਗ ਗਿਆ, ਹਾਡਰਾਂ ਵੀ ਕੰਮ ਕਰਨ ਲੱਗ ਪਏ ਨੇ, ਪਤਾ ਲੱਗ ਗਿਆ ਨਾ ਘਰ ਵਾਲੇ ਉਹਨਾਂ ਨੂੰ ਵੀ ਕੱਢਣ ਲੱਗ ਪਏ, ਨਹੀਂ ਤੇ ਬਿਜਲੀ ਦਾ ਬਿੱਲ ਦਿਓ ਤੁਸੀਂ ਦਿਓ ਜਿਹੜੇ ਵਿਹਲੇ ਬੈਠੇ ਜੇ ਘਰ ਦੇ। ਹਾਡਰਾਂ ਨੂੰ ਵੀ ਉਹਨਾਂ ਨੂੰ ਛੇੜ ਤਾ ਕੇ ਜਾਓ, ਕਮਾ ਕੇ ਲਿਓ, ਬਿਜਲੀ ਦਾ ਬਿੱਲ ਦੇਣਾ, ਨਹੀਂ ਤੇ ਪੱਖੇ ਤੋਂ ਬਗੈਰ ਬਹਿਣਾ ਪੈਣਾ ਜੀ। ਇਹ ਵੈਸੇ ਬਿਨਾ ਮੈਂ ਇੱਕ ਬਾਤ ਬਤਾ ਦੂੰ, ਯਹਾਂ ਪੇ ਮੈਂ ਯਹਾਂ ਪੇ ਆਪਣਾ ਵੀਡੀਓ ਕੋਲ ਐਂਡ ਕਰ ਰਹਾ ਹੂੰ। ਮੈਂ ਇਸ ਵਕਤ ਨੂਨ ਲਿਖ ਕੇ ਹਲਕੇ ਮੈਂ ਖੜਾ ਹਾਂ ਸ਼ਾਹ ਆਲਮ ਮਾਰਕੀਟ, ਜੋ ਕਿ ਏਸ਼ੀਆ ਕੀ ਸਭ ਬੜੀ ਹੋਲਸੇਲ ਮਾਰਕੀਟ ਹੈ। ਯਹਾਂ ਕੇ ਲੋਕ ਯੇ ਨਾ ਨੂਨ ਲਿਖ ਕਾ ਘਰ ਸਮਝਾ ਜਾਤਾ ਥਾ, ਯਹਾਂ ਕੇ ਲੋਕ ਨੂਨ ਲਿਖ ਕੋ ਹਮੇਸ਼ਾ ਸੇ ਵੋਟ ਦੇਤੇ ਆ ਰਹੇ ਹੈ। ਲੇਕਿਨ ਆਜ ਕਾ ਮੇਰਾ ਟੋਪਿਕ ਥਾ ਕਿ ਸਬਸੇ ਜ਼ਿਆਦਾ ਕਰਪਟ ਸਿਆਸਤਦਾਨ ਕੌਣ ਹੈ, ਤੋ ਯਹਾਂ ਪੇ 90% ਸੇ ਜ਼ਿਆਦਾ ਲੋਗੋ ਨੇ ਬੋਲਾ ਹੈ ਕਿ ਨਵਾਜ਼ ਸ਼ਰੀਫ ਨੂਨ ਲਿਖ। ਅਬ ਤੋ ਮਰੀਮ ਨਵਾਜ਼ ਕਾ ਵੀ ਨਾਮ ਆਉਣਾ ਲੱਗ ਗਿਆ ਯਹਾਂ ਪੇ, ਕਿ ਵੋ ਕਰਪਟ ਤਿੰਨ ਸਿਆਸਤਦਾਨੋ ਮੇਂ ਆਤੇ ਹੈ। ਤੋ ਖੁਦਾ ਕਾ ਵਾਸਤਾ ਹੈ, ਮੇਰੀ ਨੂਨ ਲਿਖ ਕੇ ਰਿਕੁਐਸਟ ਹੈ ਕਿ ਆਪ ਲੋਕ ਗਲੀ ਮੁਹੱਲੋਂ ਮੇਂ ਮੂੰਹ ਦਿਖਾਣੇ ਕਾਬਿਲ ਨਹੀਂ ਰਹਿ ਜਾਏਂਗੇ ਅਗਰ ਯਹੀ ਹਾਲਾਤ ਰਹੇ। ਆਪ ਲੋਕ ਖੁਦਾ ਕਾ ਵਾਸਤਾ ਹੈ ਕੁਛ ਸੋਚੇ ਆਵਾਮ ਕਾ, ਆਵਾਮ ਕੇ ਬਾਰੇ ਮੇਂ ਸੋਚੇ, ਆਵਾਮ ਕਾ ਖਿਆਲ ਕਰੇ, ਉਨਕੋ ਰਿਲੀਫ ਦੇ। ਆਪ ਲੋਗੋ ਨੇ ਲੋਕੋ ਕੀ ਸ਼ਾਦੀ ਵਿਆਹ ਮੇਂ ਵੀ ਜਾਣਾ ਹੋਤਾ ਹੈ, ਲੋਕ ਕਿਸੀ ਮਲਕ ਮੇਂ ਜਾਣਾ ਹੋਤਾ ਹੈ, ਲੇਕਿਨ ਆਪ ਮੁਝੇ ਨੂਨ ਲਿਖ ਕਾ ਕੋਈ ਬੰਦਾ, ਕੋਈ ਵਰਕਰ, ਕੋਈ ਕੌਂਸਲਰ, ਕੋਈ MNA, ਕੋਈ MP ਕਈ ਨਜ਼ਰ ਨਹੀਂ ਆਤਾ। ਉਹ ਸ਼ਾਇਦ ਡਰਤੇ ਹੈ ਕਿ ਆਵਾਮ ਉਨਕੇ ਸਾਥ ਪਤਾ ਨਹੀਂ ਕਿਆ ਕਰ ਦੇਗੀ, ਤੋ ਮੇਰਾ ਨਾ ਐਸੇ ਕਾਮ ਕਰੇਂਗੇ ਆਪਕੇ ਸਾਥ ਐਸਾ ਹੋ। ਤੋ ਨਾਜ਼ਰੀਨ ਇਸ ਵੀਡੀਓ ਕੋ ਲਾਈਕ ਕੀਜੀਏ, ਸ਼ੇਅਰ ਕੀਜੀਏ, ਚੈਨਲ ਕੋ ਸਬਸਕ੍ਰਾਈਬ ਕੀਜੀਏ, ਔਰ ਕਮੈਂਟ ਬਾਕਸ ਮੇਂ ਲਾਜ਼ਮੀ ਬਤਾਨਾ ਹੈ ਕਿ ਸਬਸੇ ਕਰਪਟ ਸਿਆਸਤਦਾਨ ਆਪਕੀ ਨਜ਼ਰ ਮੇਂ ਕੌਣ ਹੈ। ਆਪਸ਼ਨ ਹੈ ਇਮਰਾਨ ਖਾਨ, ਨਵਾਜ਼ ਸ਼ਰੀਫ ਔਰ ਸਰਤਾਰੀ। ਤੋ ਨਾਜ਼ਰੀਨ ਵੀਡੀਓ ਕੋ ਲਾਜ਼ਮੀ ਆਗੇ ਸ਼ੇਅਰ ਕੀਜੀਏਗਾ। ਆਪਣੇ ਮੇਜ਼ਬਾਨ ਗੁਲਫਾਮ ਖਾਨ ਕੋ ਇਜਾਜ਼ਤ ਦੇ, ਅੱਲਾ ਹਾਫਿਜ਼।